سوال ہے تو در شبیر کی فقیری کا اچھا ماتی میں نے انہوں نے بھی جانا
ਜਗੀਰ ਦੇ ਮਾਲਕ ਮਲਕਪੁਰੀ ਆ ਰਹੇ ਨੇ ਅੱਖਾਂ ਨਹੀਂ ਗਿਆ ਕਰ ਲੋ ਅਸੀਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਅਸੀਂ ਤੁਹਾਨੂੰ ਕਮੀ ਕਮੀਨਾ ਚ ਨਹੀਂ ਸਮਝੀ ਤੂੰ ਸਾਡਾ ਯਾਰ ਹੈ ਇਸ ਲਈ ਕਹਿ ਰਿਹਾ ਤੁਸੀਂ ਮਾਲਕ ਹੋ ਕੇ ਮੇਰਾ ਬੜਾ ਖਿਆਲ ਕਰਦੇ ਹੋ ਮਾਲਕ ਜੀ ਰੱਬ ਦੀ ਸੌਂਹ ਤੁਹਾਡੇ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਸਾਨੂੰ ਪਤਾ ਬਦਰੂ ਇਸ ਲਈ ਤਾਂ ਅਸੀਂ ਤੈਨੂੰ ਆਪਣਾ ਯਾਰ ਸਮਝਣਾ ਨਹੀਂ ਤਾਂ ਸਾਡੇ ਬਰਾਬਰ ਪਹਿਲਾਂ ਤੇ ਕੀ ਅਸੀਂ ਕਦੀ ਕਿਸੇ ਨੂੰ ਆਪਣੇ ਬਰਾਬਰ ਖਲੋ ਨਹੀਂ ਮਿਹਰਬਾਨੀ ਮਾਲਕ ਜੀ ਤੂੰ ਦੱਸ ਦੇ ਮਾਲਕ ਜੀ ਪਹਿਲਾਂ ਸਾਡੇ ਯਾਰ ਨੂੰ ਦੇ ਲੋ ਪ੍ਰਵਾਨ ਜੀ ਮੈਨੂੰ ਉਹਨੇ ਜਲ ਦਿਓ ਮਲਕ ਜੀ ਮੈਂ ਤੁਹਾਡੇ ਹੁਕਮ ਦੇ ਮੁਤਾਬਕ ਅੱਛਾ ਅੱਛਾ ਛੱਡੀ ਆਈ ਬੜੇ ਵਫਾਦਾਰ ਆ ਰਹੇ ਇਹਦੀ ਨਸਲੀ ਚੰਗੀ ਹੈ ਮਲਕ ਜੀ ਵੇਖਦੇ ਨਹੀਂ بدرو کی بدرو وفادار ہے بالکل ٹھیک یار بدرو نے وفاداری میں سمجھنا کتیا نو پیچھے چڈ گیا بڑا وفادار ہے ملک جی نہیں دنیا چوری بڑا وفادار آدمی بالکل ٹھیک یار یہ ملک جی واقعی دنیا چ بڑے بڑے وفادار پے نے بدرو تو شاید کوئی نہیں کی بکواس کر دے ایک گل کی آپ تعریف کرنا تو پھر اس گل کی آپ برتاری شروع کر دینا گل یہ ملک جی اصا اس گل ٹھیک کہنا جی گل تصا ٹھیک کہنا کمی کمین جو سارے نام کا کہنا سجنا پیائیے سجنا پیائیے مرکاری مدد نظر بچا کے لیا میں گوشت کھاوا اج سال بڑے دن بعد چندر نے تیتا مارنے کا موقع ملے مان دالا کھا کے پاگل ہو گئے تین پتا سونی اپنے نہیں باہر ملا دریا پار کر کے جانے تیرے میرے کٹر پار کر کے نہیں ہوا میں بھی سونی ہوں تو پرانی میں تو پوچھا تھا دریا پار کر کے آئی ہوں وہ بے وقوف نہ آئے تو دریا پار کرنا کہنا مشکل ہے میرے پتا تو بجے پتر ہے ناراض ہو گئی تھی تو سونی ہے تھی اپنا نام سارا مارو کھانا خراب ہے جو میرے پاس کے نظر پہ نہیں میرا جب کھیت لاس آؤں گے اور جیتا تو روٹی کھا رہے ہیں کھیل کھاؤں جا کے ملک آ کتے نے کت نہیں پایا وہ چھ یار کتنے کتے کو کاٹا پہنچتا ہے میرا مطلب ہے انہوں نے پھر دھد پا لیں گے آپ روٹی کھا سونی لے کے آئیں گے میں روٹی نہیں کھانی یہ سونی ہو جی آپ روٹی کھائے گی جا کے آپ ہی ملکانی والا کوئی ٹائپ لا دے گی پھر تو ملکانی والوں چنگی طرح جان لگے نا وہ میں کہنا تھی روٹی نہ کھا بھائی آج ونیری چو کے گزارا کر لا نہیں لالا میں نہیں کرتی ملکانی پہنچتے پونگتا نہیں کیا روتا پہ کہنے کو کتورا بیمار ہے میں میں کتے کا کیا ہی نہیں میں چاہتے روٹی کھا رہی ہوں
ਵਾਦਾ ਕਰਕੇ ਆਈ ਸੀ ਕਿ ਚੁਗਲੀ ਨਹੀਂ ਕਰਾਂਗੀ ਪਰ ਤੇਰੀ ਜ਼ੁਬਾਨ ਚੋਂ ਫੇਰ ਗੱਲ ਨਿਕਲ ਗਈ ਸ਼ਰੀਫਾਂ ਦੀ ਗੱਲ ਪਿਆ ਕਰਨਾ ਬਾਬੇ ਮਾਲੇ ਦੀ ਧੀ ਜਿਹੜੀ ਹੁਣੇ ਹੁਣੇ ਇੱਥੋਂ ਗਈ
ਕਿ ਲੱਗਾ ਕਿ ਮੈਂ ਆਪਣੀ ਮਰਜ਼ੀ ਨਾਲ ਇੱਥੇ ਫੇਲੀ ਨਹੀਂ ਸੀ ਆਈ ਓਏ ਦੋਸਤ ਦੇ ਵਿੱਚ ਕੋਈ ਕੁੜੀ ਆਪਣੀ ਮਰਜ਼ੀ ਨਾਲ ਨਹੀਂ ਆਉਂਦੀ ਇਹ ਜ਼ਾਲਮ ਕੁੜੀਆਂ ਨੂੰ ਜ਼ਬਰਦਸਤੀ ਲਿਆਂਦੇ ਨੇ ਤੇ ਧੱਕੇ ਮਾਰ ਕੇ ਕੱਢ ਦਿੰਦੇ ਪਰ ਜ਼ਬਰਦਸਤੀ ਕਰ ਤੱਕ ਹੁੰਦੀ ਰਹੀ ਓਏ ਜਦ ਤੱਕ ਇਹ ਜ਼ਮੀਨਦਾਰ ਨੇ ਦੇਸੀ ਕੰਮ ਹੈ ਨਾਦਰਾ ਰੱਬ ਦਾ ਵਾਸਤੇ ਇਹੋ ਜਿਹੀਆਂ ਗੱਲਾਂ ਨਾ ਕਰ ਓ ਮੇਰੀ ਗੱਲ ਸੁਣ ਅਸੀਂ ਕੁੱਤੇ ਨੂੰ ਦੁੱਧ ਨਹੀਂ ਪਾਇਆ ਸਾਡਾ ਕੀ ਅਸਰ ਹੋ ਗਿਆ ਤੇ ਜੇ ਇਹਨਾਂ ਨੇ ਇਹ ਗੱਲਾਂ ਸੁਣੀਆਂ ਤੇ ਸਾਨੂੰ ਜਾਨੋਂ ਮਾਰ ਦੇਣਗੇ ਯਾਰ ਸਾਡੇ ਤੇ ਕੁੱਤਿਆਂ ਕੋਲ ਵੀ ਘੱਟ ਇੱਜ਼ਤ ਹੈ ਸਾਡੇ ਕੋਲ ਕੁੱਤੇ ਹੀ ਚੰਗੇ ਨੇ ਮੈਂ ਤੇ ਕਹਿੰਦਾ ਨਾਦਰ ਮੈਂ ਆਪਣਾ ਡੱਬੂ ਰੱਖ ਲੈਣਾ ਕਮ ਸੇ ਕਮ ਟਾਈਮ ਸੇ ਦੁੱਧ ਤੇ ਮਿਲਿਆ ਕਰੇਗਾ ਮਜੀਦ ਅਰਿਆ ਤੇਰੀ ਸੁਣ ਤੈਨੂੰ ਬੁਲਾਉਂਦੀ ਪਈ ਤੂੰ ਬੋਲਦਾ ਕਿਉਂ ਓਏ ਅੱਲਾ ਕਰੇ ਇਹੋ ਜੀ ਸੋਹਣੀ ਕਰੇ ਸਵੇਰ ਗਰਕ ਹੋ ਜਾਏ ਓ ਤੂੰ ਤੇ ਬੇੜਾ ਗਰਕ ਹੋ ਗਏ ਉਹ ਸੋਹਣੀ ਜਿਹੜੀ ਇੱਧਰ ਦੇਖ ਨੂੰ ਬੇਇੱਜ਼ਤ ਕਰਾ ਦਿੰਦੀ ਹੈ ਕਦੋਂ ਬਾਅਦ ਮੈਂ ਤੈਨੂੰ ਗੱਲ ਨਹੀਂ ਕਰਨੀ ਅਰੇ ਮਾਂ ਨੇ ਇੱਕ ਵਾਰੀ ਮਾਫ ਕਰ ਦੇ ਇਹ ਦੇਖ ਮੈਂ ਤੇਰੇ ਲਈ ਦੇਸੀ ਘਿਓ ਦੀ ਚੂੜੀ ਕੁੱਟ ਕੇ ਲਿਆਈ ਵੀਰ ਬਣ ਕੇ ਆਨੀ ਏ ਤੇ ਕੈਦੋ ਬਣ ਕੇ ਸ਼ਿਕਾਇਤਾਂ ਲਾਨੀ ਏ ਤੇ ਹੈਂਡਲ ਖਾ ਖਾ ਕੇ ਸਾਡਾ ਪਿੰਡ ਇੰਜ ਹੋ ਗਿਆ ਜਿਵੇਂ ਕੁੜਤੇ ਦੀ ਕਢਾਈ ਕੀਤੀ ਹੁੰਦੀ ਹੈ ਮਾਨਮ ਮਜੀਦੇ ਇਹਦੇ ਚ ਮੇਰਾ ਕੋਈ ਕਸੂਰ ਨਹੀਂ ਕਸੂਰ ਤੇ ਪੈਰੀ ਜ਼ਬਾਨ ਦਾ ਹੈ ਜਿਹੜੀ ਚਦਰਾਨੀ ਦੇ ਸਾਹਮਣੇ ਜਾ ਕੇ ਖੁੱਲ ਜਾਂਦੀ ਹੈ ਮੈਂ ਕਹਿੰਦੀ ਤੂੰ ਇਹਨੂੰ ਬਸ ਸੁੱਟ ਨਾ ਹੋਵੇਗੀ ਤੇ ਨਾ ਸ਼ਿਕਾਇਤਾਂ ਲਾਏਗੀ ਬਿਲਕੁਲ ਠੀਕ ਹੈ ਸਾਨੂੰ ਛੁਰੀ ਦਾ ਵਾਰ ਕੇ ਤੇ ਆਸਾ ਹੋ ਗਿਆ ਜਿਹੜੀ ਆਪਣੇ ਆਪ ਨਾਲ ਗੱਲਾਂ ਕਰਨੀਆਂ ਨੇ ਕਰ ਲੈ ਤੇ ਜ਼ਬਾਨ ਕੱਢ ਕੇ ਰੱਖ ਤੇ ਮੈਂ ਹੁਣੇ ਆਏ ਨਾਦਰ ਜਾ ਕੇ ਰਾਣੋ ਨਹੀਂ ਮਿਲ ਸਕਿਆ ਤੈਨੂੰ ਇਸ ਗੱਲ ਦਾ ਵੀ ਪਤਾ ਕਿ ਰਾਣੋ ਨੂੰ ਦੂਜੇ ਪਿੰਡੋਂ ਆਉਣਾ ਪੈਂਦਾ ਤੈਨੂੰ ਇਸ ਗੱਲ ਦਾ ਵੀ ਪਤਾ ਕਿ ਗੁੱਸੇ ਦੀ ਜਾਰੀ ਹੈ ਉਹਨੇ ਇੱਕ ਗੱਲ ਕੀਤੀ ਹੋਣੀ ਨਾਦਰ ਦੇ ਨਾਲ ਜਿਵੇਂ ਉਹਨੂੰ ਨਾਦਰ ਨਾਲ ਗੱਲ ਨਹੀਂ ਕੀਤੀ ਹੋਣੀ ਤੇ ਮੈਂ ਆਪ ਉਹਨੂੰ ਚੱਲ ਕੇ ਸਮਝਾ ਦਿੰਦੀ ਹੈ ਉਹ ਮੇਰੀ ਮਾਸੀ ਦੀ ਧੀ ਭੈਣ ਹੈ ਮੈਂ ਉਹਨੂੰ ਸਾਰਾ ਕੁਝ ਦੱਸ ਦੇਵਾਂਗੀ ਮੈਂ ਉਹਨੂੰ ਦੱਸਾਂਗੀ ਕਿ ਇਹਦੇ ਚ ਨਾਦਰ ਦਾ ਕੋਈ ਕਸੂਰ ਨਹੀਂ ਸੂਰ ਤੇ ਇਸ ਜ਼ਬਾਨ ਦਾ ਹੈ ਤਾਂ ਤੂੰ ਉਹਨੇ ਬਦ ਜ਼ਬਾਨ ਹੈ ਆ ਤੂੰ ਉਹ ਚੋਰੀ ਚੋਰੀ ਤਾਂ ਨਾਲ ਲੈਂਦਾ ਚੱਲ ਉਹ ਨਾ ਹੋਵੇ ਪਿੱਛੇ ਚੂਹੇ ਪਿਕਨਿਕ ਮਨਾਉਂਦੇ ਹੋ ਮੈਂ ਕਦੇ ਨਹੀਂ ਬੋਲਣਾ ਕੱਲ ਸਾਰਾ ਦਿਨ ਉਡੀਕ ਰਹੀ ਹਾਂ ਤੇ ਤੂੰ ਆ ਜਾਏ ਪਰ ਮੇਰੀ ਗੱਲ ਤਾਂ ਸੁਣ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਵਾਅਦਾ ਕਰਕੇ ਆਉਂਦਾ ਹੀ ਮੈਨੂੰ ਆਪਣੀ ਨੌਕਰ ਸਮਝਾਇਆ ਨੌਕਰ ਤਾਂ ਮੈਂ ਜਨਾਬ ਦਾ ਪਰ ਮੈਂ ਕਿਸੇ ਹੋਰ ਥਾਂ ਤੇ ਨੌਕਰੀ ਕਰਨਾ ਵਾ ਉੱਥੇ ਦੀ ਸਲਾਹ ਮੁੱਕੀ ਤੇ ਤੇਰੀ ਸਲਾਹ ਸੁਣ ਲੈ ਗਿਆ ਵਾ ਤੇ ਹੋਰ ਤੂੰ ਸਲਾਹ ਸੁਣਾ ਦੇ ਫਿਰ ਮੈਂ ਕੋਈ ਸਲਾਹ ਸੁਣਾ ਲਈ ਹਾਂ ਕਿ ਅੱਜ ਦਾ ਮੈਨੂੰ ਮਿਲਣਾ ਮਿਲਣਾ ਹੈ Thank you.
ਮਲਕ ਲੋਕਾਂ ਨਹੀਂ ਹੁੰਦਾ
کہ یہ زمانے نے دو گھڑیاں بیٹھ میں نے زیادت اور مارا پڑا موڈ خراب کر I'm not gonna lie.
ਮੇਰਾ ਮਤਲਬ ਹੈ ਤੁਸੀਂ ਮੁਲਾਜ਼ਮ ਹੋ ਮੈਂ ਵੀ ਮੁਲਾਜ਼ਮ ਹਾਂ ਤੇ ਜਿੱਦਾਂ ਕਹੋਗੇ ਕਰ ਲਾਂਗੇ ਔਰ ਮੈਂ ਤੈਨੂੰ ਜੂਨੇ ਨਹੀਂ ਕੱਢਾਂਗਾ ਭਲਵਾਨ ਰੱਖਦਾ ਵਾਸਤੇ ਹੁਣ ਨਾ ਮਾਰੀ ਉਹ ਤੇਰਾ ਕਸੂਰ ਤੇ ਇੰਜ ਵਾਜਦਾ ਜਿਵੇਂ ਵੱਡਾ ਥੋੜਾ ਛੈਣੀ ਤੇ ਵਾਜਦਾ ਉਹ ਦੋ ਪੁੱਛੇਗਾ ਮੈਂ ਦੱਸ ਦਿਆਂ ਔਰ ਸ਼ਰਾਬ ਆਪਣੇ ਪਿਓ ਦਾ ਮਾਲ ਸਮਝ ਕੇ ਚੋਰੀ ਕੀਤੀ ਮੈਂ ਰੱਬ ਦੀ ਸਾਂ ਤੁਹਾਡੇ ਪਿਓ ਦਾ ਮਾਲ ਸਮਝ ਕੇ ਤੇ ਵੇਖੋ ਮੇਰੀ ਗੱਲ ਸੁਣੋ ਬਦਲੂ ਭਲਵਾਨ ਜੀ ਹੁਣ ਮੈਨੂੰ ਮਾਫ਼ ਕਰ ਦੇ ਬਦਲੂ ਭਲਵਾਨ ਨਹੀਂ ਬਦਲੂ ਕਰੋ ਬਦਰੂ ਤੇ ਮੈਂ ਭਲਵਾਨ ਜੀ ਤੁਸੀਂ ਤੇ ਉਹ ਰੂਹਾਂ ਜੇ ਜਿਹਨਾਂ ਸਵਾਹ ਪਹੁੰਚਾਈ ਗਏ ਗੱਲਾਂ ਜਾਗ ਕੇ ਉਹ ਖਾਣਾ ਖਰਾਬ ਸੁਧਾਰ ਤੇ ਰਾਤ ਤੇ ਚਲੇ ਗਏ ਤੇ ਮੈਨੂੰ ਫਸਾ ਗਏ ਨੇ ਮੈਂ ਤੁਹਾਡੇ ਨਾਮ ਕਰਾ ਤਾਬੇਦਾਰ ਜੀ ਮਲਕਪੁਰਾ ਗਿਆ ਛੇਤੀ ਆ ਜਾਓ ਅਸੀਂ ਕਾਲਾ ਤੇ ਜਾਣ ਲਈ ਚਾਰ ਖਲੋਤੇ ਹੋਏ ਹਾਂ ਚੰਗਾ ਹੁਣ ਚੋਰੀ ਨਾ ਕਰੀ ਨਹੀਂ ਚੋਰੀ ਕਰਾਂਗਾ ਤੁਸੀਂ ਵੀ ਇੱਕ ਅੱਧਾ ਪੈਕ ਬੋਤਲ ਛੱਡ ਦਿਆ ਕਰੋ ਪਤਾ ਕਰ ਲਓ ਤੇ ਮੁਟਿਆਰ ਆਪਣੀ ਆਪਣੀ ਥਾਂ ਤੇ ਖਲੋ ਜਾਣ ਇਸ ਲਈ ਕਿ ਮਲਕਪੁਰ ਦੇ ਜਗੀਰਦਾਰ ਤੇ ਉਹਨਾਂ ਦੀ ਇੱਜ਼ਤ ਤੇ ਸ਼ਰਮਾ ਵਾਲੀ ਭੈਣ ਤਸ਼ਰੀਫ ਲਿਆ ਰਹੇ ਨੇ ਮੈਂ ਜਾਣ ਦੇ ਗਈ ਨੱਚਣ ਦੀ ਗੱਲ ਕਰਨੀ ਨੱਚਣਾ
ਹੋਵੇ ਬਤਨ ਉਹਦੀ ਲਾਠੀ ਤੇ ਆਵਾਜ਼ ਹੁੰਦੀ ਆ ਓਏ ਮੈਂ ਕਹਿੰਦਾ ਸੈਂਟਰ ਤੋਂ ਡਰ ਪੁੱਟਿਆ ਕਿ ਦੀ ਆਵਾਜ਼ ਦੀ ਥੱਕ ਨਾ ਪਾਈ ਯਾਦ ਰੱਖ ਜ਼ਾਲਮ ਮੇਰਾ ਸੱਚਾ ਰੱਬ ਜ਼ੁਲਮ ਦਾ ਬਦਲਾ ਜ਼ਰੂਰ ਦਿੰਦਾ ਹੀ ਓਏ ਜਿੰਨਾਂ ਦੀ ਇਸ ਤਰ੍ਹਾਂ ਤੁਸੀਂ ਖੇਡਦੇ ਹੋ ਇੱਕ ਦਿਨ ਆਏਗਾ ਉਹ ਤੁਹਾਡੀ ਇੱਜ਼ਤ ਨਾਲ ਖੇਡਣਗੇ ਓਏ ਇਹਨਾਂ ਦੁਨੀਆਂ ਦੀ ਇੱਜ਼ਤ ਨਾਲ ਕਿ ਤੇਰੀ ਇੱਜ਼ਤ ਨਾਲ ਖੇਡਣ ਓਏ ਤੇ ਮੇਰੇ ਸਾਹਮਣੇ ਹੱਥ ਨਹੀਂ ਚੁੱਕ ਸਕਦੇ ਗੱਲ ਕਰੋ ਓਏ میرے سامنے ہاتھ نہیں چک سکتے ایس نہیں کہ میرا دفتا کھانے نے میں ندان دادا وا میری طاقت تو انکار کیتا ہے اس لیے میں دل نہیں چھٹا گا ادو ایس بڈے نو انکار کرن دا مزہ چکھا دے تے او جو تک نہ چھڈی جب تھی ایس بڈے کی پیڑ کے پیروں کے کنگرو کھولنے سے مجبور نہ ہو جا مینو جنا مرضی مار لے پر میرے بڈے پیو تو رہن کر کو رہے نہ مجھے سنو نہیں تیرے سالوں سمجھیں گے میری تین دیکھی تک کہ ہر من گئی ہے کنگوا دی آواز اس آواز شامل ہو Thank you.
ਤੈਨੂੰ ਪੈਸੇ ਦੇ ਰਿਹਾ ਤੇ ਅੱਗੋਂ ਵੀ ਜਦੋਂ ਤੇਰਾ ਦਿਲ ਕਰੇ ਤੂੰ ਰਾਤ ਨੂੰ ਜਾ ਸਕਦੇ
میں نادرا کیڑی سوچیں دو ہیں تو تمہیں ارد گرد ہی پتا ہے مجھے دیر کی کرتا پتا لکھا ہے تو سوچا میں نے چند لگے یار جی میں ہوں نہ بغیر کی برداشت نہیں کر سکتا وہ رب کے واسطے یہ جہاں گلا نہ کر غیرت مند شیو تھی شانو نو پہلا پنڈ کے چراہے لکھایا پھر عزت الباس تار تار کر چکا ہر روز ہوں ایک نو گل کہ نو گل ہے جی مجھے کیا بابا جنا برداشت نہیں کر سکیا تو انہیں اپنے ہاتھ اپنا خون کر دیا خون کر سب میں پاگل ہو گئی ہے پنڈ کی عزت پاگل ہو گئی ہے مجھے کیا پنڈ کی عزت پاگل ہو گئی ہے پاگل ہو گئی ہے تو آ گئی ناگر نے تو روز پوچھ پوچھ کے میری جان ہی کھا چکی ہے لال برکت نے کہا کہ سامنے تو کوئی گل نہیں ماسی نے پتا ہوئے گا چیزیں میں ماں کو لے پوچھ لیں گی ماسی آ رہے گا آپ ہی پوچھ لیں ماں کی گل ہے کریے لال برکت نہ ہو رانو تو نادر کے رشتے کی گل کی تھی نا اور اندر میں کی لین گئی تھا ایک ہی جواب دیتا اور نہ کی نکال سکتا سی آخر لگا ماں کی ماسی بچ کے سارا سن رہا رانو تیری تھی جیسے چل من پیا دری اور منڈا گہرا کالا ہونا چاہیے ماں منڈا تو ماشاء اللہ پڑھی گئے تھا مالا سونے کی ماں رانو لے کے اپر بھی ہونی ہے تو بھی چھپنا پہنچ تیرے پتا چاہ کے پڑے ہے منگلے تیرے نادر بھی کرن چلی ہیں تو تو آئے جمع جانے گا وہ کاری کی پہنی میرا پر آدھے میں نے ساتھ نہ چاہیے گا تو نالے جوان پر آدھا بہت سیر تو لے گی نا تو چنگا ہوتا ہے تو ضرور ہوتی ہے اس دن منگلی کریں گی جیسے ہوتا علامہ آئے گا میں تو بچے گل تک گل کی ہے گل دراصل یہ ہے بڑی دیر ہوگی تیرے نال جا تیرا بیاہ بھی اسی کار ہونا انکار کر دے گا دونوں جنگل چل دے پھر اپنی بندوبست کر کے پڑا ہی لا گل سونا نادرا پڑا کہ میرے جذبات کو باہر دیتے ہیں تلوار جاؤں گا پتے میرے کو
اپنے خاندان دی تعریف کرن دا دراصل گل اے تے جانو جے میں سیدھے رستے آندا تے ماں دی چپیڑن دا ڈر سی تے دراصل اس آن دا سبب اے دے کہ اج رات نوں ناظر نے تینوں بلایا ہے پر میں کیوں جا سکدی ہاں کیوں تو بھی شاید دے جا وہ تیسرا میں چھوٹا چ باندا آیا ہے اے تو کوئی پوکھے ٹاپ دے تے باندے کو پہنچ دے آہو راہو تے کوٹھی چ ملی تے بڑی کھلی سکی ہوندی اوے بالکل ٹھیک کہندی تے جے پانی تے کوٹھا ٹپنا نہیں آندا تے اس ٹڈی کولوں سیکھ لے بکواس نہ کر کے لے کچھ کر کے چلے لگے جا وے کہ نو تے کوٹھی کٹ نو پھرا کر دے ملک میرا خیال ہے کہ سکول پڑتی ہے
ਫਿਰ ਉਹਦੇ ਪਿਓ ਦਾ ਨਾਂ ਦੱਸੋ ਮਲਕ ਜੀ ਉਹ ਮੁਟਿਆਰ ਸ਼ਾਮੋ ਪਹਿਲਾਂ ਪਹਿਲਾਂ ਤੁਹਾਡੇ ਕੋਲ ਪਹੁੰਚ ਜਾਏਗੀ ਉਹ ਇੱਥੋਂ ਦੀ ਰਹਿਣ ਵਾਲੀ ਨਹੀਂ ਉਹ ਇਸ ਪਿੰਡ ਕਿਸੇ ਨੂੰ ਮਿਲਣ ਆਈ ਹੋਈ ਸੀ ਤੇ ਡਾਂਗੇ ਤੇ ਬਹਿ ਕੇ ਆਪਣੇ ਪਿੰਡ ਵਾਪਸ ਜਾਏ ਫਿਰ ਬੰਦਾ ਭੇਜ ਕੇ ਉਹਦੇ ਪਿੰਡ ਦਾ ਪਤਾ ਮੰਗਵਾ ਲਓ ਮੈਂ ਉਸ ਮੁਟਿਆਰ ਨੂੰ ਪਿੰਡੋਂ ਚੁੱਕ ਕੇ ਤੁਹਾਡੇ ਕੋਲ ਪਹੁੰਚਾ ਦਿਆਂਗਾ ਬੰਦਾ ਤੁਹਾਨੂੰ ਭੇਜ ਦਿੱਤਾ ਹੈ ਮੇਰੇ ਖਿਆਲ ਨਾਲ ਹੁਣ ਪਹੁੰਚਣ ਵਾਲਾ ਹੋਣਾ ਲੈ ਆ ਗਏ ਮਲਕ ਜੀ ਨਾਲ ਦੇ ਪਿੰਡ ਰਹਿੰਦੀ ਉਹ ਮੁਟਿਆਰ ਬਰਕਤ ਇਹਦੇ ਭਰਾ ਦਾ ਨਾਂ گل تین اتنے جا کے دسا گا مٹیارے جتھے تینو لے کے جانا زبردستی چکن واسطے اس لیے جانا پیا کہ تم ساڈے پنڈ دی نہیں تو تیرے ورگیا مٹیارا کے گھر والے اپنی تینوں سجا بنا کے آپ سڈے نال ٹور دے تیرا پنڈ کوئی بے گیا جانا پنڈ جیتا والے پیو تو گیس والے بھی جانے میرے کھانے بھی نہیں باہر ہمیشہ پیوا کے پراوا والی مٹیاں کی جت توڑی ہے آواز مارنا اپنے برا نو میں تک لگا تین گرو بدیا تک نہیں بدماشا میں تیری تم نہیں لا سکتی بدلاری مراد ہم مزہ ملا تو بال پوری تیری خاص کدی پوری نہیں ہو سکتی ملک جی بدرو پلوان دی باہ باہ دیتی اس مٹیار دے پراہ نے جیڑی ان اس مٹیار نو چکن لئی ودائی مل بھی جائے ملک جی میرا سر نہیں جانا ہلے تو میں اپنی بہن نو چک کے لیا جڑی تھی ابھی اپنی ضد دور پوری کریں گے بسو ہالی تو اس مٹیار کا پتا نہیں کرنا راجا روز والا چاہتا ہے جس دن اپنے برا نو ملنے والا تھا گئی سمجھ لیں اس رات پہلا پنڈ پرائز بچے گی پھر ساڑی ویلی پہنچے گی اتر ڈکلا رہا ویستا والے ویڑا نہیں پڑا کہ کدے چیز نہیں ہارتی
ਤੇਰੇ ਵੇਹ ਨੂੰ ਤਾਂ ਰਹਿਣ ਪਿੱਛੇ ਉਸ ਬਦਮਾਸ਼ ਦੀ ਬਾਹ ਲਾਈ ਸੀ ਤੈਨੂੰ ਤਾਂ ਬਾਹਰ ਕਰਨਾ ਚਾਹੀਦਾ ਹੈ ਜੇ ਤੈਨੂੰ ਇਹ ਖਿਆਲ ਆ ਰਿਹਾ ਤਾਂ ਤੂੰ ਮੇਰੇ ਬਾਅਦ ਕੱਲੀ ਰਹਿ ਗਈ ਤੇ ਫਿਰ ਇਹ ਖਿਆਲ ਆਪਣੇ ਦਿਲ ਤੋਂ ਕੱਢ ਦੇ ਇਸ ਲਈ ਕਿ ਮੇਰੀ ਗੈਰ ਹਰ ਵੇਲੇ ਤੇਰੀ ਇੱਜ਼ਤ ਨਾਲ ਨਾ ਸਕੇਗੀ ਜਿਹੜੇ ਕਿਸੇ ਨੇ ਤੇਰੀ ਇੱਜ਼ਤ ਨੂੰ ਲਾਠੋਂ ਉਧਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਜੇਲ੍ਹ ਦੇ ਸਿੱਖਾਂ ਤੋਂ ਉੱਥੋਂ ਤੱਕ ਪਹੁੰਚ ਜਾਵਾਂ ਅੱਲਾ ਨਾ ਕਰੇ ਪੁੱਤਰ ਕੋਈ ਇਹੋ ਜਿਹਾ ਵੇਲਾ ਆਵੇ ਤੂੰ ਨਾਲੇ ਨਾਗਰ ਵੀ ਕਿਉਂ ਉਸੇ ਪਿੰਡ ਰਹਿੰਦਾ ਹੈ ਜਿੱਥੇ ਰਾਨੂ ਰਹਿੰਦੀ ਹੈ ਨਾਗਰ میں چیتی اپنے موڈیا چلا دیا پر تقدیر کون ٹال سکتا میں سزا بوجھ کے باہر آؤں گی پر پورا کر کے وہ کڑی ایسے بن جاتی آپ ملک گی منی جی تے کو نوکرانی وہ ماں وہ ستی ماسی لگتی یہ مطلب یہ ہوا وہ کڑی کریم بھی لکھ رہی آپ ملک جی صرف پیسہ نہیں نادر کی منگ بھی جہاں تے کوم ہے میں انہوں سارے اپنی اکھا نہ ویک کے آیا وہ پپو نو ملنے لی دل گئے سن تم جا کے نادر نو بھیج دے میں یاد کیا ملکی آپ نادر کام کرنے والے کام پہ میں کسی کام آوا اس بعد کے ہوئی پکڑ کی گل ہو سکتی کام دسو کام تو کوئی ایڈا وا نہیں بس یہ سمجھ لیا کہ تیرا امتحان ہے جب تو امتحان کامیاب ہو گیا ابھی تم خوش کر دیں مالک خوش ہو جانا اس کو بعد کے ہوئی خوشی ہو سکتی ہے تھی حکم تو کرو ملک صاحب تو پھر صرف این گل ہے کہ وہ مائی کریم بھی ہے نا سونے کی ماں وہ مٹار سان پسند ہے ابھی چاہتے ہیں کہ اچھی رات اس مٹار متو سارے کو لگ گیا یہ سوچنے لگتا نادر جہاں تک اصل نہ سن دیا نہیں پر آنو میری منگ ملکی منگے تو تاکہ ہوا اس پنڈ کے پیو پرا آپ اپنی عزت خراب بنا کے سارے کو چڑ جاتے ہیں اس میں منگ کا سن کے سوچنے لگ پیا اج رات وہ کڑی ایسے ویلی پہنچ جانی چاہیے ہوں تو ڈر سانو نہیں عزت عزت جی سویلی چ لٹی گئی سی صرف نہ ہی بدل جانا تک لٹتی رہ رہی ہے من ہو گئے کیوں نہیں بنتی موئی لگے کیوں کی میں سکتی موت زندگی کدو بنتی زندگی میں مسیحا آ گئے مسیحا موت نو بھی زندگی بڑھا دینا اس پنڈ کدی کوئی مسیحا نہیں آیا زندگی بنانے والے کا سکون کبھی نہیں ہوا کبھی نہیں ہوا خوش کر دیتے نادر وہ تم ساڈے لیے یہو جی مٹیار لے کے آئے کہ کھادا پیتا حلال کر دیتا ہے اج تو ابھی تمہیں بدرو جا درجہ دینے مٹیار ویکو گے ملک جی تو بدرو نال کچھ بہت ہی درجہ دو گے مینو چیتی نال چادر لایا دے منہ تو امتیار سے ساری سند بن گئی ہوئی ہے واسطے سے بڑی بڑی قربانی دیتی ہے امتیار ہوں میری بھی ضد بن گئی ملک جی میں بھی ادھر واسطے بڑی پٹی قربانی دیتی ہے میرے گھر چڈیا اور تیری ماں میرے کو میں
سوما تیرے منہ تے انیاں گولیاں مارن تے تیرے اپنے نہیں تل پہچان سکن گے
ਓ ਮਲਕਾ ਤੇ ਆਪਣੀ ਜਾਨ ਦੀ ਖਰੀਦ ਚੰਨ ਤੇ ਇਹਨਾਂ ਆਪਣੇ ਸਾਰੇ ਚਮਚਿਆਂ ਨੂੰ ਕਹਿ ਦੇ ਕਿ ਬੰਦੂਕਾ ਛੁੱਟ ਦੇ ਨਹੀਂ ਤਾਂ ਮੈਂ ਗੋਲੀ ਚਲਾਉਣ ਲੱਗਾ ਬੰਦੂਕਾ ਛੁੱਟ ਦੇ ਉੱਥੇ ਬੰਦ ਮਿੱਟਿਆ ਜਿੱਥੇ ਮਜ਼ਬੂਰ ਮੁਜ਼ਾਹਰ ਦੀਆਂ ਤੀਆਂ ਪੈਰਾਂ ਨੂੰ ਮਿਟਾਉਣ ਲੱਗਿਆ ਉਹਨਾਂ ਦੇ ਕਿਉਂ ਮੈਂ ਹੁਣ ਬੰਦ سچے دل کی پال پت لا تو میرے سر سے پا دی سوچنا چکی ہے میرا ایسا کام سے ملکہ چل پہن جانو ایک پاس کھلو کے ملک اور بہن کا ناش ویکھی چکو بھی اپنی اکھا نہ دیکھو اے ملک والا تاکی پہن جڑا مجبور مزاحرے نو پین سے چرائے بن کے Thank you.
میرے کو رکشے کا کرایہ لا دے پر رب کا واسطے میری نظر کو دور ہو جائے اس کرنے کی تمہیں سونے کی کون سی کٹن لگ پئی ہے تمہیں سونے ہی پاؤں نے کچھ پر پیار تو تیرے نال کرنی ہے ماریا تے اور پیار میرے پیو نال کرنا ہی جا مینو تیرے پیار سے بھی اعتبار نہیں ہو رہا اس گلے کی تم شراب کے نال میری چٹنی کے کباب کیوں پیش کرتی ہے مجیدیا تین پتا میں ملکا کی نوکری چڑ دیتی جتو تیرے لیے کباب چوری کر کے لیا سی ہوں تو نوکری کے نال نال میں چوری بھی چڑ دیتی ہے پہلے سب جھوٹ مینو پتا تیرا پیو سفا کا کام کرتا ہے پیو آتا ہوا سفا کے چونک لیا نہیں سکتا کباب اور میں نہیں ہوں شرمی شراب مچھلی میں چاہ دو کٹ شراب سے پی کے پنڈ کے چونک بھی کھڑا ہو کے رولا پاوا بندے کٹیا کرا تو انہوں نے میں کروں گا اور لوگوں یہ لڑکی میری زندگی برباد کرنے لگی شراب مینو لا رہی ہے تو خدا جی مینو نیند پہ آدھی رہی ہے جس ویل میرا میٹا چھوڑ کے بھی جا کے ویاہ تو انکار کر دیتا تھی تو پھر میں دیکھا میں تین ویاہ کی کون آئے گا شراب پی چڑیا گھر چلا جا شیرا کو لتاں پڑوا نہیں ہو سکتا شراب پی کے میں تیرے گھر آوا گا دس ہزار شرابیاں نو برات بنا کے تیرے گھر لیا گا تیرے پولی مٹیا میں سارے پرمٹ بنوا کے دیا گا ہوں گل کر میں ہاری تو تیتیا مجھے میں تے کہنی رب دا واسطہ تو بھی شراب چھڑ دے تینو پتا ملکہ نال ساری دشمنی ہے دے ایک کتے دا باہر ہے بیٹھے او میں پتا ہے ساڈے دشمن کتے نے دیا سی اتا جلا نے چلا تے اسی بچاں گے تے تو بھی کان کھول کے سن لا اج میں رج کے شراب پیاں گا رج کے شراب پیاں گا تے میرے پیچھے آن دی کوشش نہ کرنا جے تو میرے پیچھے آئیو تے میں ویاہ تو پہلے تینو بیوا کر دیاں گا او میں حویلی نو اگا لا دیاں گا میں پنڈ سلطان کر دیاں گا مجھے کھلنی تو کھول کے لا دیاں گا کتیاں نے یقین کر دیاں گا مجھے پہلے نو کی ہو گئے جدو تو نادر ملکوں نال لڑیا شراب پی پی کے دماغ خراب ہو گیا نادر نے ساڈی بہن نو پنڈ دے چراغ چوٹے پر میں بھی پتلا لوا گا اپنی مثال رہے گی نہیں ملک جی پتلا کو میں لا گا تاری بہن نہیں میری بہن میری پٹی کھل لین دو نہیں بدلو میں کوئی انتظار نہیں کر سکتا میں شیر ڈاکو کو مدد کروں گا جی تھی شیر ڈاکو کو مدد لینے کی ملک جی پھر میں نے اپنا یار کیوں آخیا تھی میری بانی بڑی گئی ہے میں مر کے نہیں گیا پر تو علی گل بھی تین ہے نا تھوڑے دنوں تک میری پٹی کھلنا لیے ملک جی پہلا مینو ازما کے دیکھ لو جی میں ناکام ہو گیا تو پھر میں آپ تک سیرے ڈاکو کو چلا گا جی میں تیری مرضی اصل وہ تو بدلے لینا نا Thank you.
ਮੈਂ ਕਾਰੋਬਾਰ ਛੱਡ ਰਹਿਗਾ ਪਰ
Thank you.
ਉਹਨੂੰ ਕਿਉਂ ਗਿਆ ਬਦਲੂ ਇਹ ਨਾਦਰ ਨੂੰ ਗੋਲੀ ਮਾਰਨੀ ਹੁੰਦੀ ਹੁਣ ਤੱਕ ਮੈਂ ਆ ਮਾਰ ਕੇ ਮੈਂ ਕਿੱਥੇ ਫਿਰ ਜਾਣਾ ਇਹ ਨਾਦਰ ਨੂੰ ਉਸੇ ਥਾਂ ਤੇ ਬੰਨ ਕੇ ਰਾਣੋ ਦੇ ਸਾਹਮਣੇ ਨਚਾਵਾਂ ਇਸ ਥਾਂ ਤੇ ਉਹਨੇ ਮੈਨੂੰ ਬੰਨ ਕੇ ਮੇਰੀ ਭੈਣ ਨੂੰ ਨਚਾਇਆ ਫਿਰ ਉਹ ਹੀ ਹੋਵੇਗਾ ਮਲਕ ਜੀ ਜੋ ਤੁਸੀਂ ਜਾਣਦੇ ਹੋ ਮੈਂ ਰਾਣੋ ਤੇ ਨਾਦਰ ਦੇ ਮੁਸ਼ਕਾ ਬਣ ਕੇ ਉਹਨੇ ਤੁਹਾਡੇ ਕੋਲ ਲੜਾਂਗਾ ਤੇ ਤੁਸੀਂ ਦਿਲ ਖੋਲ ਕੇ ਬਦਲ ਲੈ پاگل کڑیے ساڈے ظلم کے حق تو ہر سن لیے ابھی ہر اس بندے کو بدلا لینا جن ساڈے نتا لایا بدلا تھی ہوئی ساڈے کو اس بندے نے لینا Oh, my God.
میں تینو پورے کار تک چھٹ کے آوا جی تین پیسے اتو بہادر روح تین چل کے پانی پیائیے آ چار ریسٹورینٹ تباہ ہو گیا سب تو پہلا من میرے پیرا چھٹنا بھائی جان میری جد میں چھوٹے مارنے تو پھر پہلے سے اپنی بہن کی جد پوری کریں گے اس تو بعد اپنا بدل لوں گا تیری بہن کی جد تو پوری کر دیتی ہے مسا یاد رکھی میں لاش پنڈ کر کے نالے جی وہ کسی چودھری کی تھی چودھری کی حیثیت کے پیسے ہوں گے وہ مٹیار نہ کسی چودھری نہیں چڑیا تو نہ کسی اور پنڈ کر اپنے پنڈی ساری روٹی نہیں پی گئی سارے پنڈی کے لوگ تک لاکھ کلو میٹر دن یہاں گلوں میں کٹ شیریا سمجھ لے اچھے اس مٹیار کی عزت کے نام وہ منگے تو دیکھا اس کی پھر چاہتے ہو تو منگے تھا نہیں شیریا پھر چاہیے ہوتا تو سیاپ لا سکتے سنو دو چنتا چاہیے یہ ساری سٹیج اچھی وہ منگے تو نکل کے چلایا سن کے اس مٹیار سامنے نچانا چاہیے سب جگہ ساڑے نا دس ان دونوں ساری حویلی کس ویلے لگے گا مجھے پتا نہیں لوا گا ملک جی اس لیے تو تھی سارے پرانے کا 10,000 دے دو دونوں اچ راتی ساری حویلی پہنچ جائیں گے پھر مک گئی دوست کم کرے گا تو حویلی آ کے پیسے لے جائے گی تازہ تیرے نال جائے گا چلو دونوں کا چہرہ کرا Thank you.
تیرے لئے شراب کا بندوبست کیتا ہے سویر تک تیرا تھکیوا لے جائے پھر چلا جائے ساڈا تھکیوا تے اپنی کھوئی جا کے لیندا ہوندا ہے بدرو پہلوان نالے ساڈے ساتھی وی ٹر گئے ہن سانو جا نہیں تے او ٹھیک ہے یار تھکیوا جا کے تو اپنی کھوئی چلائی پر دو کٹ شراب دے سر نہ پیلا اچھا پھر جے تہاڈی مرضی بلکاری میری حال ہے پتا کر لو میں پتا کر لے سریا بندے سلا توڑ کے اپنے سلا توڑنے کی سن جاتی ہوں چڑیا میں ملکا میں لنگ جاؤ ملکانی جی ساری بہن لنگ یہ چڑیا ہوں تو شراب پینا وعدہ کیا تھی تیرے نہیں پڑتا نہ کرتا بدلو تو میں گولی مار دینی سی میم پتا ہے ملک جی پر تھی ملک رانی اور تہرانے کیوں نہیں گئے جتنے رانو تے نادر بجی ہے تم تو چنگی طرح جاننا بدلو کہ اصل نچان تو پہلے اس مٹیار کو کدی نہیں گئے جی کو نچان تو بچ جانا تین اپنی عزت بڑا ہی مان سی کل شام تیری عزت تیری غلط کی مجبوری بن کے پہلے ساڈے سارے بچے کل شام تو بعد جد میرے پرانے تین پنڈ چرائے چاہ کے ریلی چلائی جانے تھپڑ نہیں ماریا اپنی تقدیر کے پرنامے بدل میں میں
ਨੂੰ ਜਬਰਦਸਤ ਤੇਰੇ ਕੋਲੋਂ ਪੈਦਾ ਕਰ ਲਈ ਸੀ ਹੁਣ ਮੈਂ ਤੈਨੂੰ ਕਿਉਂ ਜਾਬੇ ਪੈਦਾ ਕਰਾਂਗਾ ਕਿ ਸਾਰੀ ਉਮਰ ਮੂਲੋਂ ਕੰਮ ਨਹੀਂ ਕਰੇ ਸ਼ੇਰ ਡਾਕੂ ਨੇ ਕਦੀ ਕਿਸੇ ਨੂੰ ਮਾਫ਼ ਨਹੀਂ ਕੀਤਾ ਉਹ ਆਪਣਾ ਬੱਚਾ ਜ਼ਰੂਰ ਲੈਣਾ ਹੁੰਦਾ ਨਾ ਵੀ ਕਰੇਗੀ ਮਲਕਾਨੀ ਤੇ ਅਸੀਂ ਨਾ ਨੂੰ ਕੋਈ ਬੰਦਾ ਮਲਕਾ ਨਹੀਂ ਹੋਰਾਂ ਨੂੰ ਰਾਣੋ ਤੇ ਨਾਦਰ ਦੇ ਬੰਦੇ ਇਤਨਾ ਚੁੱਕ ਕੇ ਲੈ ਗਿਆ ਮਾ
Thank you.
ਮੈਂ ਕਾਬਾ ਨੂੰ ਕਹਿ ਦਿਆਂਗੀ ਉਹ ਨਾਲ ਦੀ ਜੰਗ ਲੈ ਕੇ ਤੇਰੇ ਘਰ ਪਹੁੰਚ ਜਾਵੇ।
ਕਰਨਾ ਕਿ ਇਹ ਮਾਸੀ ਆਪਣੇ ਇੱਜ਼ਤ ਦੇ ਦੁਸ਼ਮਣ ਮੁਕਾਮ ਤੋਂ ਪਹਿਲਾਂ ਮੈਨੂੰ ਕੋਈ ਨਹੀਂ ਕਰ ਸਕਦਾ। ਉਹ ਰਾਮ ਨੂੰ ਲੈ ਕੇ ਮੇਰੇ ਪਿੰਡ ਪਹੁੰਚਾ। ਉਸ ਨੂੰ ਮੇਰੀ ਭੈਣ ਨੂੰ ਕੋਈ ਜ਼ਰੂਰ ਪੈਦਾ ਚਾਹੀਦਾ। ਤੂੰ ਫਿਕਰ ਨਾ ਕਰ ਰਾਣੋ, ਤੈਨੂੰ ਵਿਦਾ ਕਰਨ ਤੋਂ ਪਹਿਲਾਂ ਤੂੰ ਮਾਸੀ ਨਾ ਕਿਤੇ ਬਿਠਾ ਸਕਦਾ। ਪਾਗਲ ਮੈਂ ਨਹੀਂ, ਪਾਗਲ ਤੇ ਤੁਸੀਂ ਹੋ ਸਾਰੇ। ਮੈਨੂੰ ਇਹ ਵੀ ਨਹੀਂ ਪਤਾ ਕਿ ਜਿਹਨੇ ਤੁਸੀਂ ਲੱਭਣ ਆਏ ਉਹ ਇੱਥੇ ਹੈ ਹੀ ਨਹੀਂ। ਸ਼ਾਦੀ ਕਿਉਂ ਲੱਭ ਆਇਆ? ਪੂਰਾ ਹੁਣੇ ਹੁਣੇ ਕੋਲੇ ਤੇ ਬਹਿ ਕੇ ਨੱਚਦੀ ਹੈ। ਨੱਚਦੀ ਕੁੜੀ ਬਾਪੂ ਕਿੱਥੇ ਗਿਆ? ਮੈਂ ਕਿਉਂ ਦੱਸਾਂ? ਮੇਰਾ ਖਿਆਲ ਸਾਡੇ ਉਹ ਪਹਿਲਾਂ ਬਚ ਗਿਆ। ਇੱਕ ਦਾ ਚਲੋ ਬਾਈ, ਹਾਲੇ ਬਾਪੂ ਜੋੜ ਕੇ ਜਾਣਾ। ਕੁਝ ਨਹੀਂ ਕਰ ਸਕਦੇ, ਇਸੇ ਲਈ ਤੇ ਅਸੀਂ ਹਵੇਲੀ ਦੇ ਤਹਿ ਖਾਨੇ ਚ ਨਿਕਲ ਨਹੀਂ ਸਕੇ ਤੇ ਪਤਾ ਨਹੀਂ ਕਿਸ ਨੂੰ ਵਾਰ ਕਰ ਦੇਗਾ। ਫਿਕਰ ਤੂੰ ਕਰਦੇ ਮਲਕ ਜੀ, ਉਹ ਜ਼ਰੂਰ ਫੜਿਆ ਜਾਏਗਾ। ਬੱਕੂ ਦੀ ਭੈਣ ਦੀ ਡੋਲੀ ਉਹਦੇ ਘਰੋਂ ਹੀ ਉੱਠਣੀ ਹੈ ਤੇ ਉਹ ਆਪਣੀ ਭੈਣ ਦੀ ਡੋਲੀ ਨੂੰ ਮੋਢਾ ਦੇਣ ਜ਼ਰੂਰ ਆਏਗਾ ਤੇ ਪੁਲਿਸ ਉੱਥੇ ਪਹਿਲੀ ਪਹੁੰਚੀ ਹੋਣੀ ਹੈ। ਉਧਰੋਂ ਉਹਨੇ ਭੈਣ ਦੀ ਡੋਲੀ ਨੂੰ ਮੋਢਾ ਦੇਣ ਲਈ ਹੱਥ ਵਧਾਉਣੇ ਤੇ ਉਸਦੇ ਹੱਥ ਚ ਪੁਲਿਸ ਨੇ ਹੱਥਾਂ ਹੀ ਲਾ ਦੇਣੀ ਤੇ ਫਿਰ ਰਾਮੂ ਦੀ ਡੋਲੀ ਨਾਦਰ ਦੇ ਕਰਨੀ ਸਿੱਧੀ ਸਾਡੇ ਹਵੇਲੀ ਜਾਵੇਗੀ। ਅਸੀਂ ਪਹਿਲਾਂ ਨੂੰ ਪਿੰਡ ਦੇ ਕਿਰਾਏ ਚ ਬਚਾਵਾਂਗੇ ਤੇ ਫਿਰ ਆਪਣੀ ਜਿੱਦ ਪੂਰੀ ਕਰਾਂਗੇ। ਹੁਣ ਕੜੀ ਪਲ ਦੀ ਗੱਲ ਹੈ ਮਰਜ਼ੀ, ਮੈਂ ਤੁਹਾਡੇ ਨੂੰ ਉੱਥੇ ਭੇਜ ਦਿੱਤਾ ਹੋਇਆ। ਉਹ ਖਬਰ ਲੈ ਕੇ ਆਉਂਦਾ ਹੀ ਹੋਣਾ, ਬੱਕੂ ਨੂੰ ਪੁਲਿਸ ਨੇ ਫੜ ਲਿਆ ਸਾਰੀਆਂ ਸੱਚੀਆਂ ਸਹੇਲੀਆਂ ਟੁਰ ਗਈਆਂ ਨੇ ਰਾਣਾ। ਦਾਰੇ ਚ ਡੋਲੀ ਨੂੰ ਜੰਝ ਡੇਗਦੀ ਹੋਣੀ ਹੈ, ਵਿਧ ਨਾ ਕਰਕੇ ਡੋਲੀ ਚ ਬਹਿਦਾ ਚੱਲ ਕੇ ਨਹੀਂ ਸੋਣੀ। ਕਿੰਨੀ ਦੇਰ ਮੇਰੇ ਵੇਲੇ ਨੂੰ ਆ ਕੇ ਚੈੱਕ ਕਰਨ ਆਉਂਦੇ, ਮੈਂ ਡੋਲੀ ਚ ਨਹੀਂ ਬਹਿਣਾ। ਪਰ ਬੱਕੂ ਇੱਥੇ ਕਿਵੇਂ ਆ ਸਕਦਾ ਸੀ? ਹਰ ਪੰਥ ਤੇ ਪੁਲਿਸ ਕਰਨ ਦਾ ਖਤਰਾ ਤੂੰ ਡੋਲੀ ਵਿਚ ਪੈ ਗਿਆ। ਇਹੀ ਤੇਰੇ ਵੀਰ ਚਾਹੁੰਦਾ ਸੀ, ਡੋਲੀ ਨੂੰ ਮੋਢਾ ਵੀ ਤੇ ਵੀਰੇ ਕਹਿੰਦੇ ਨੇ। ਕੁਛ ਵੀ ਹੋਵੇ, ਜਿੰਨੀ ਚਿਰ ਮੇਰਾ ਲਾਲਾ ਨਹੀਂ ਆਉਂਦਾ ਮੈਂ ਡੋਲੀ ਚ ਨਹੀਂ ਬੈਠਾਂਗਾ। ਬੱਕੂ ਇੱਥੇ ਆ ਜਾਏ ਤੇ ਉਹਦੇ ਖੜੇ ਜਾਣ ਦਾ ਖਤਰਾ ਹੈ ਰਾਮੀ। ਤੂੰ ਚਾਹੁੰਦੀ ਤੇਰਾ ਵੀਰ ਫਿਰ ਖੜਿਆ ਜਾਏ। ਤੈਨੂੰ ਤੇ ਸਗੋਂ ਦੁਆ ਕਰਨੀ ਚਾਹੀਦੀ ਹੈ ਕਿ ਬੱਕੂ ਇੱਥੇ ਨਾ ਹੀ ਹੈ। ਚੱਲ ਠੀਕ ਹੈ। ਸਾਡੀ ਭੈਣ ਦੀ ਹੁਣ ਖੁਸ਼ੀ ਹੈ, ਉਹਦਾ ਵੀਰ ਹੁਣ ਡੋਲੀ ਚ ਪਾਲ ਤੇ ਫਿਰ ਮੈਂ ਆਪਣੀ ਭੈਣ ਦੀ ਖੁਸ਼ੀ ਜ਼ਰੂਰ ਪੂਰੀ ਕਰਾਂਗਾ। ਰੋਣ ਲੱਗ ਕੇ ਚੱਲੀ ਭੈਣੇ, ਤੇਰਾ ਵੀਰ ਤੇਰੀ ਡੋਲੀ ਨੂੰ ਮੋਟਾ ਸਬੂਤ ਦੇਗਾ। ਮੈਂ ਆਪਣੀ ਭੈਣ ਨੂੰ ਨੰਨਾ ਕਰ ਤੇ ਖਾਸ ਛੱਡਣ ਜਾਵਾਂਗਾ। ਬੱਬੂ ਮੈਂ ਤੈਨੂੰ ਪਛਾਣ ਲਿਆ, ਨੱਸਣ ਦੀ ਕੋਸ਼ਿਸ਼ ਕੀਤੀ ਬੜੀ ਆ ਗਿਆ। ਜੇ ਪਛਾਣ ਲਿਆ ਖੜੇ ਦਾਰਾ ਤੇਰੇ ਨਾਚ ਕਰੇ ਜ਼ਰੂਰ ਲਵਾਂਗਾ, ਪਰ ਮੈਨੂੰ ਥੋੜੀ ਜਿਹੀ ਮਦਦ ਚਾਹੀਦੀ। ਇਹ ਨਹੀਂ ਹੋ ਸਕਦਾ, ਅਸੀਂ ਤੈਨੂੰ ਗ੍ਰਿਫਤਾਰ ਕਰਨਾ ਹੈ ਤੇ ਹੁਣ ਅਸੀਂ ਤੈਨੂੰ ਪਾਣੀ ਮਾਰ ਨਹੀਂ ਗਏ। ਮੈਂ ਵਾਦਾ ਕਰਨਾ ਖੜਾ, ਮੈਨੂੰ ਮੇਰਾ ਦੁਸ਼ਮਣ ਮੁਕਾ ਲੈਣਗੇ, ਮੈਂ ਆਪਣੇ ਆਪ ਗ੍ਰਿਫਤਾਰੀ ਦੇ ਦੇਵਾਂਗਾ। ਨਹੀਂ ਉਹ ਬੱਬੂ, ਤੂੰ ਚੱਲ ਹੈ ਕਿ ਇੱਕ ਜੁਰਮ ਕਰਨ ਤੋਂ ਬਾਅਦ ਮੈਂ ਤੈਨੂੰ ਹੋਰ ਜੁਰਮ ਕਰਨ ਦੀ ਮਦਦ ਦੇ ਦਿਆਂ। ਉਹ ਨਹੀਂ ਹੋ ਸਕਦਾ, ਮੈਂ ਤੈਨੂੰ ਨਹੀਂ ਪੜਾਂਗਾ। ਫਿਰ ਤੇ ਤੁਹਾਨੂੰ ਮਾਫੀ ਆ ਜਾਵੇ, ਮੈਂ ਉਹਨੂੰ ਕਹਿਣ ਲੱਗਿਆ। ਜਵਾਨਾਂ ਨੂੰ ਘੋੜਿਆਂ ਤੇ ਕਾਠੀਆਂ ਪਾ ਲਈ, ਅਸੀਂ ਦੋਵੇਂ ਚੱਕਾਂਗੇ ਉਸ ਮੁਟਿਆਰ ਦੀ।
ਨਾਦਰ ਨੂੰ ਪਿੰਡ ਦੇ ਚੁਰਾਹੇ ਬੰਨ ਕੇ ਉਸ ਨੂੰ ਜਾਣ ਦੇ ਸਾਹਮਣੇ ਨਹੀਂ ਜਾਵਾਂਗੇ ਜਿਹੜੀ ਸਾਡੀ Thank you.
بدلو مار دیتا ہے میں تم کی نہیں چھڈوں Thank you.